ਤੁਸੀਂ ਵੇਖ ਰਹੇ ਹੋ ਬੱਲੇ ਬੱਲੇ ਤੇ ਸ਼ੋਅ ਸ਼ੁਰੂ ਹੋ ਗਿਆ ਖੋਰੂ ਪੰਥੀ ਨਿਊਜ਼। ਤਾਲੀਆਂ ਦੀ ਆਵਾਜ਼ ਗੂੰਜਣੀ ਚਾਹੀਦੀ ਹੈ। ਮੰਮਾ ਦਾ ਫੋਨ। ਹੈਲੋ। ਹਾਂਜੀ ਮੰਮਾ, ਪੈਰੀ ਪੈਣਾ। ਮੰਮਾ ਸ਼ੋਅ 'ਚ ਸੀਗਾ ਨਾ। ਹਾਂਜੀ ਮੰਮਾ, ਠੀਕ ਚੱਲ ਰਿਹਾ। ਅੱਛਾ, ਘੱਟ ਆਇਆ ਸੀ। ਠੀਕ ਹੈ ਮੰਮਾ, ਹੁਣ ਥੋੜ੍ਹਾ ਜਲਦੀ ਆਊਂਗਾ, ਜ਼ਿਆਦਾ ਆਊਂਗਾ। ਠੀਕ ਹੈ ਮੰਮਾ, ਓਕੇ ਬਾਏ ਮੰਮਾ। ਰੋਟੀ ਖਾ ਲਿਓ ਹੈ। ਠੀਕ ਹੈ ਮੰਮਾ, ਓਕੇ। ਮੰਮਾ ਦਾ ਫੋਨ ਆ ਗਿਆ ਸੀ। ਮੰਮਾ ਕਹਿੰਦੇ ਕਿ ਪਿਛਲੀ ਵਾਰੀ ਟੀਵੀ 'ਤੇ ਤੂੰ ਘੱਟ ਆਇਆ ਸੀ, ਇਸ ਵਾਰੀ ਜ਼ਿਆਦਾ ਆਈ। ਕੀ ਤੁਸੀਂ ਮੇਰੇ ਨਾਲ 15 ਮਿੰਟ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਕਰ ਸਕਦੇ ਹੋ? ਮੈਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਕਰ ਸਕਦਾ, ਪਰ ਇਹ ਸੇਮ ਪ੍ਰੋਬਲਮ ਮੇਰੀ ਮੰਮਾ ਦੀ ਵੀ ਰਹਿੰਦੀ ਆ। ਹਾਂਜੀ, ਸੇਮ ਰਹਿੰਦੀ ਆ ਵੀ ਪੁੱਤ ਆ ਫਲਾਨੇ ਸਿੰਗਰ ਦਾ ਅੱਜ ਬਾਹਲਾ ਗਾਣਾ ਆਇਆ, ਤੇਰਾ ਘੱਟ ਆਇਆ। ਉਹ ਐਕਚੁਅਲੀ ਮੰਮਾ ਮੇਰੇ ਅਮਰੀਕਾ, ਸਾਰੀਆਂ ਬੇਬੀ ਇੱਕੋ ਜਿਹੀਆਂ ਹੁੰਦੀਆਂ। ਹਾਂਜੀ, ਮੇਰੇ ਮੰਮਾ ਅਮਰੀਕਾ ਗਏ ਹੋਏ ਆ ਤੇ ਉੱਥੇ ਨਿਊਯਾਰਕ ਸਾਡੇ ਦਾ ਆਫਿਸ ਹੈ। ਹਾਂਜੀ ਹਾਂਜੀ। ਸੋ ਆਰ ਯੂ ਰੈਡੀ, ਆਰ ਯੂ ਐਕਸਾਈਟਿਡ? ਕੀ ਤੁਸੀਂ ਮੇਰੇ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਕਰੋਗੇ? ਮੈਂ ਪਹਿਲੀ ਵਾਰ ਆਇਆ ਬੱਲੇ ਬੱਲੇ ਤੇ, ਐਂਡ ਵਿਸ਼ ਯੂ ਗੁੱਡ ਲੱਕ ਬ੍ਰੋ। ਥੈਂਕ ਯੂ, ਵਾਕ ਐਂਡ ਕਰ ਰਹੇ ਹੋ। ਥੈਂਕ ਯੂ, ਥੈਂਕ ਯੂ, ਆਈ ਲਵ ਮਾਈ ਫੈਨਸ, ਆਈ ਲਵ ਮਾਈ ਗਾਡ। ਅੱਛਾ, ਕਿਹੜੇ ਟੌਪਿਕ ਤੇ ਗੱਲ ਕਰੀਏ? ਕਿਉਂਕਿ ਮੈਂ ਤੇ ਹਰ ਟੌਪਿਕ ਤੇ ਗੱਲ ਕਰ ਸਕਦਾ, ਜਿਹੜਾ ਮਰਜ਼ੀ ਹੋਵੇ, ਆਈ ਕੈਨ ਟਾਕ। ਮਨਿੰਦਰ ਬੋਟਰ ਦੇ ਟੌਪਿਕ ਤੇ। ਓਕੇ, ਸੋ ਵੈਲਕਮ ਕਰਦੇ ਹਾਂ ਅੱਜ ਦੇ ਗੈਸਟ ਦਾ। ਅੱਜ ਦੇ ਜੋ ਗੈਸਟ ਨੇ ਉਹ ਆਏ ਨੇ ਇੱਥੋਂ ਹੀ ਆਏ ਹੈ, 2 ਕਿਲੋਮੀਟਰ ਹੀ ਹੈ ਉਹਨਾਂ ਦਾ ਘਰ, ਨੇੜੇ ਹੀ ਹੈ ਇੱਥੋਂ। ਸੋ ਸਵਾਗਤ ਹੈ ਮਨਿੰਦਰ ਬੁੱਟਰ। ਤਾਲੀਆਂ ਦੀ ਆਵਾਜ਼ ਗੂੰਜਣੀ ਚਾਹੀਦੀ। ਸੋ ਕਿੱਦਾਂ ਜੀ? ਠੀਕ ਹੈ, ਬਹੁਤ ਵਧੀਆ ਭਾਜੀ। ਤੁਸੀਂ ਆਏ ਕਿੱਦਾਂ ਹੋ? ਗੱਡੀ 'ਚ, ਕਾਰ 'ਚ ਜਾਂ ਵਹੀਕਲ 'ਤੇ? ਤੁਸੀਂ ਕਾਹ 'ਤੇ ਆਏ ਹੋ? ਤੁਰ ਕੇ, ਚੱਲ ਕੇ, ਦੌੜ ਕੇ? ਇਹ ਤਾਂ ਸਾਰੀਆਂ ਚੀਜ਼ਾਂ ਸੇਮ ਹੈ। ਬਸ ਸੇਮ ਹੀ ਚੀਜ਼ਾਂ ਮੇਰੀਆਂ ਨੇ। ਕਾਰ, ਗੱਡੀ, ਕਾਰ, ਗੱਡੀ, ਵਹੀਕਲ। ਤੇ ਸਖੀਆਂ ਹੋ ਜਾਣ 2 ਕੁ ਲਾਈਨਾਂ ਫਿਰ। ਆਓ ਸੁਣੀਏ ਫਿਰ ਸਖੀਆਂ। ਸਖੀਆਂ ਨੇ ਮੈਨੂੰ ਮੈਣੇ ਮਾਰ ਦੀਆਂ, ਉੱਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ, ਸ਼ਾਮ ਨੂੰ ਤੂੰ ਕਿੱਥੇ ਕਿਹਦੇ ਨਾਲ ਹੁੰਨਾ ਆ, ਵੇਖੀਆਂ ਮੈਂ ਫੋਟੋਆਂ ਵੇ ਕਾਰ ਦੀਆਂ, ਓ ਆ ਮੈਨੂੰ ਡਰ ਜਿਹਾ ਲੱਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ, ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਹੈ ਬਸ ਯਾਰਾ। ਥੈਂਕ ਯੂ, ਥੈਂਕ ਯੂ। ਬਹੁਤ ਸੋਹਣਾ ਗਾਣਾ ਗਾਇਆ ਤੁਸੀਂ, ਬ੍ਰਿਲੀਅੰਟ। ਤਾਲੀ ਦੀ ਆਵਾਜ਼ ਗੂੰਜਣੀ ਚਾਹੀਦੀ ਇੱਕ ਵਾਰੀ ਫਿਰ। ਥੈਂਕ ਯੂ ਸੋ ਮੱਚ। ਅੱਛਾ, ਮੈਂ ਹੁਣ ਤੁਹਾਨੂੰ ਕੁਛ ਜੀਕੇ ਦੇ ਸਵਾਲ ਪੁੱਛਣਾ ਚਾਹੁੰਦਾ। ਉਹ ਤੇਰੀ ਜੀਕੇ ਦੇ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕੁਛ ਬਹੁਤ ਹੀ ਗਮਗੀਨ ਸਵਾਲ ਹੈ ਉਹ। ਦੁਨੀਆ ਦਾ ਕਿਹੜਾ ਇੱਦਾਂ ਦਾ ਬੰਦਾ ਹੈ ਜਿਹੜਾ ਹੈਸ਼ਟੈਗ ਨਹੀਂ ਬਣਾ ਸਕਦਾ? ਹੂ ਇਜ਼ ਦਾ ਪਰਸਨ ਹੂ ਡਜ਼ਨਟ ਮੇਕ ਦਾ ਹੈਸ਼ਟੈਗ? ਇੱਦਾਂ ਇੱਦਾਂ ਹੈਸ਼ਟੈਗ ਨਹੀਂ ਬਣਾ ਸਕਦਾ ਜਿਹਦੇ ਹੱਥ ਨਾ ਹੋਣਗੇ। ਨਾਮ, ਨਾਮ ਮੇਰੀ ਨੌਲੇਜ ਤੋਂ ਬਾਹਰ ਹੈ। ਕੀ ਹੋਦਾ ਦਾ? ਠਾਕੁਰ। ਓਹ ਯਾਰ, ਕਿਉਂਕਿ ਉਹਦੇ ਹੱਥ ਨਹੀਂ। ਅਗਲੇ ਸਵਾਲ ਵੱਲ ਚਲੀਏ। ਅਗਲਾ ਸਵਾਲ ਇਹ ਆ ਕਿ ਹਿਊਮਨ ਬਾਡੀ ਦੇ ਵਿੱਚ ਕਿਹੜਾ ਜਲ ਹੈ ਜੋ ਪਾਇਆ ਜਾਂਦਾ ਹੈ? ਕਿਹੜਾ ਇੱਦਾਂ ਦਾ ਜਲ ਹੈ, ਰਿਪੀਟ ਕਰ ਰਿਹਾ ਮੈਂ, ਜੋ ਹਿਊਮਨ ਬਾਡੀ ਦੇ ਵਿੱਚ ਪਾਇਆ ਜਾਂਦਾ ਹੈ? ਜਲ ਕਿਹੜਾ ਗਾ ਇੱਦਾਂ ਦਾ? ਹਾਂਜੀ, ਸਾਰੇ ਬਹੁਤ ਔਖੇ ਸਵਾਲ ਨੇ। ਕਾਫੀ ਹੌਲੀ, ਆਪਣੇ ਕੋਲ ਹੀ ਹੈ, ਕਿਤੇ ਨਹੀਂ ਚੱਲੀਏ, ਆਰਾਮ ਨਾਲ, ਪਾਣੀ ਵੀ ਆਰਾਮ ਨਾਲ, ਕੋਈ ਕਾਹਲੀ ਨਹੀਂ ਕਰਨੀ। ਨਹੀਂ ਆਪਾਂ ਜਾਣਾ, ਆਪਣੀ ਬੱਸ ਹੁੰਦੀ ਹੈ ਨਾ, ਆਪਾਂ ਨਿਕਲਣਾ ਵੀ ਹੁੰਦਾ। ਕਿਹੜਾ ਜਲ ਹੈ ਹੁਣ? ਹਾਂਜੀ, ਹਿਊਮਨ ਬਾਡੀ ਦੇ ਵਿੱਚ ਪਾਇਆ ਜਾਂਦਾ ਹੈ। ਨਹੀਂ ਮੈਨੂੰ ਨਹੀਂ ਪਤਾ। ਕਾਜਲ। ਬਾਡੀ 'ਚ ਪਾਇਆ ਨਹੀਂ ਜਾਂਦਾ, ਬਾਅਦ 'ਚ ਪਾਇਆ ਜਾਂਦਾ। ਦੁਬਾਰਾ ਪੁੱਛ ਰਹੇ ਨੇ ਤੇ ਕਿਹੜਾ ਇੱਦਾਂ ਦਾ ਜਲ ਹੈ ਜਿਹੜਾ ਬਾਡੀ 'ਤੇ ਲਾਇਆ ਜਾਂਦਾ ਹੈ? ਦੱਸੋ। ਕਾਜਲ, ਕਾਜਲ, ਕਾਜਲ। ਓਹ ਕੀ ਬਾਤ ਹੈ, ਕਿੰਨੀ ਲੰਬੀ ਟਾਈ ਹੈ ਦੇਖੋ ਯਾਰ। ਥੈਂਕ ਯੂ। ਮੇਰੇ ਹਰ ਕੱਪੜਾ ਥੋੜੀ ਛੋਟੀ ਕਰ ਲਓ, ਇਹਨੂੰ ਬਹੁਤ ਲੰਬੀ ਹੈ ਸੱਚੀ ਟਾਈ। ਠੀਕ ਹੈ ਜੀ, ਮੇਰੇ ਹਰ ਕੱਪੜਾ ਜੱਚਦਾ ਕਿਉਂਕਿ ਸਮਾਰਟ ਜਿਹੜਾ ਹੈ ਉਹ ਮੈਂ ਹੀ ਹਾਂ ਦੁਨੀਆ 'ਤੇ। ਪਹਿਲੇ ਮੈਂ ਬਾਲੀਵੁੱਡ 'ਚ ਮੈਨੂੰ ਸੀਗਾ ਇਸ ਸ਼ੋਅ ਤੋਂ ਪਹਿਲਾਂ, ਬਟ ਮੈਂ ਕਿਹਾ ਨਹੀਂ, ਪੰਜਾਬ ਦੀ ਮਿੱਟੀ ਨਾਲ ਜੁੜੇ ਰਹਾਂਗੇ, ਇਹੀ ਸ਼ੋਅ ਕਰਾਂਗੇ, ਇੱਥੇ ਰਹਾਂਗੇ। ਬੱਲੇ ਬੱਲੇ। ਹਾਂਜੀ, ਠੀਕ ਹੈ ਜੀ। ਅਗਲਾ ਜਿਹੜਾ ਸਵਾਲ ਹੈ ਸਾਡਾ ਉਹ ਇਹ ਹੈ ਕਿ ਕਿੱਥੇ ਗਿਆ ਸਵਾਲ, ਕਿਹਨੇ ਲਿਖਿਆ ਹੈ? ਰਾਈਟਿੰਗ ਕਿਹਦੀ ਹੈ? ਨਹੀਂ, ਪ੍ਰਿੰਟ ਆਊਟ ਹੈ, ਰਾਈਟਿੰਗ ਕਿਸੇ ਦੀ ਨਹੀਂ ਹੈ। ਆਈ ਫੀਲ ਯਾ। ਸੋ ਅਗਲਾ ਸਵਾਲ ਜਿਹੜਾ ਹੈ ਉਹ ਇਹ ਹੈ, ਗਤਾ ਪਾ ਚਲਾ ਹੂ ਤੱਲੇ ਪੋਥਾ ਤੀ ਤਾ ਪਾਤਾ ਤੀ ਪੋਲਾ ਪਾ ਤਾ ਨਾ ਪਪੋ। ਇਹ ਕੀ ਬੋਲੀ ਹੈ ਨਾ ਭਰਾ? ਗਤਾ ਤੀ ਪੋਥਾ ਤੇ ਨਾ ਕਤਾ ਤਨਾ ਤੀਤਾ। ਚਾਈਨੀਜ਼? ਚਾਈਨੀਜ਼ ਨਾ, ਅਰੇਬਿਕ। ਜਮੇਲੀਆ, ਜਮੀਲਾ, ਜਮੀਲਾ। ਓ ਓ ਜਮੀਲਾ ਯਾ, ਜਮੀਲਾ ਮਤਲਬ ਹੁੰਦਾ ਸੋਹਣੀ ਕੁੜੀ। ਮੈਨੂੰ ਵੀ ਇੱਕੋ ਵਰਡ ਆਉਂਦਾ, ਉਹ ਵੀ ਬੜੇ 2-3 ਸਾਲਾਂ ਤੋਂ ਦਿਮਾਗ ਸੀਗਾ ਕਿ ਜਮੀਲਾ ਮਤਲਬ ਕਦੇ ਯੂਜ਼ ਕਰਾਂਗੇ ਗਾਣੇ। ਅੱਛਾ, ਜਮੀਲਾ ਮਤਲਬ ਹੁੰਦਾ ਸੋਹਣੀ ਕੁੜੀ ਦਾ। ਓਕੇ,
सो सब तो सोहनी कुड़ी अज तक तुहानू किहड़ी मिली है जिहड़ी तुसीं देखिया होवे ते कहो वे वाओ सोहनी लगती है पर यह नहीं कह सकते मिली नहीं है अगे तो जो भी तुम कोई इदा सोहनी चीज दिखे तुसी वाओ की जगह लखा भी कह सकते हो क्योंकि लखा वाओ आप वाओ की जगह कहना जमीला कहना ओ ओ जमीला हाय हाय जमीला आ कहना आप जो ओके थैंक यू सो मच जाते जाते सारे कुछ कहना चाहो या कुछ भी कहना चाहो थैंक यू सो मच तुसी बहुत सारा प्यार दिता मैं नहीं कर रहा इंटरव्यू यार नहीं 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 यार मैं लगता सवाल रह गए थोड़े जे ओ छट गया बंदा यार सवाल रह गए चलो यार आप भी निकली है थोड़ी ऊपर पीना